ਬਾਈ ਚਲੋ ਪਿੰਡ ਕਿਹੜਾ ਜੀ? ਪਿੰਡ ਕਲਸਗਾ। ਤੇ ਕੀ ਗੱਲ ਹੋਈ ਆ ਰਾਤ? ਕਹਿੰਦੇ ਚੋਰ ਆਏ ਘਰੇ। ਰਾਤ ਆਏ ਆ ਬਾਈ, ਸੁੱਤੀ ਸਮੇਂ ਵੀ ਚੁੱਕ ਕੇ ਅੰਦਰ ਲੈ ਗਏ। ਤੁਹਾਨੂੰ ਬੰਨਿਆ ਸੀ ਮਾਤਾ ਜੀ? ਹੈ ਬੰਨਿਆ ਸੀਗਾ? ਆਹੋ ਕੀ ਕੀ ਲੁੱਟ? ਮਤਲਬ ਮੈਂ ਕਾ ਮਰ ਗਈ ਆ ਬਈ, ਤੂੰ ਹੱਥ ਪੈਰੇ ਲੈ ਲੈ। ਕੀ ਕੀ ਲੁੱਟ ਕੇ ਲੈ ਗਏ ਆ? ਲੁੱਟ ਕੇ ਵਾਂਗ ਕੇ ਲੈ ਗਏ, ਹੋਰ ਕੀ ਲੈ ਗਏ? ਜਿਹੜੇ ਕੰਨ ਤੋਂ ਲਾ ਕੇ ਤੂੰ ਵੀ ਲੈ ਗਏ। ਪੈਸੇ? ਹੈ ਪੈਸੇ ਕਿੰਨੇ ਸੀ? ਪੈਸੇ 50,000। ਜਗਤਾਰ ਸਿੰਘ ਪਿੰਡ ਕਲਸੇਕਲਾ। ਜਗਤਾਰ ਸਿੰਘ ਜੀ, ਕੱਲ ਪਤਾ ਲੱਗਾ ਬੀਤੇ ਦਿਨੀ ਤੁਹਾਡੇ ਘਰ ਚੋਰ ਆਏ ਆ ਤੇ ਮਾਤਾ ਜੀ ਨੂੰ ਬੰਨ ਕੇ ਜਿਹੜਾ ਚੋਰੀ ਕੀਤੀ ਗਈ ਆ, ਇਹ ਕੀ ਮਾਮਲਾ ਤੁਹਾਡਾ? ਇਹ ਮਾਮਲਾ ਮਾਤਾ ਦੀਆਂ ਲੱਤਾਂ ਬਾਹਾਂ ਬੰਨਦੀਆਂ, ਮੂੰਹ ਦੇ ਵਿੱਚ ਟਾਕੀ ਦਿੱਤੀ ਆ ਵੀ ਰਵਾਲ ਪਿਆ ਨਾਲ ਹੀ। ਇਹ ਮਾਤਾ ਤੋਂ ਨਾ ਆਪਣੇ ਨਗਦੀ ਪੈਸੇ 50,000 ਰੁਪਏ ਦੇ ਵਾਲੀਆਂ ਦੀਆਂ ਲਾ ਕੇ ਲੈ ਗਈ ਮਾਤਾ ਦੀ। ਇਹ ਕਿੰਨੇ ਵਜੇ ਦੀ ਗੱਲ? ਰਾਤ ਦੇ 12 ਵਜੇ ਦੀ ਗੱਲ ਆ। ਤੇ ਤੁਸੀਂ ਇਸ ਸੰਬੰਧੀ ਕੋਈ ਦਰਖਾਸਤ ਦਿੱਤੀ ਹੈ? ਦੇ ਕੇ ਆਏ ਥਾਣੇ ਦੇ ਰਾਜੀ ਦੀ, ਸਾਡੀ ਕੋਈ ਵੀ ਕਾਰਵਾਈ ਨਹੀਂ ਹੋਈ। ਪੁਲਿਸ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਆ, 100 112 ਉੱਤੇ ਕੰਪਲੇਂਟ ਕੀਤੀ ਹੈ। ਉੱਤੇ ਕੀਤੀ ਆ, 112 ਤੇ ਵੀ ਤੇ 100 ਤੇ ਵੀ ਕੀਤੀ ਆ। ਕਿਸ ਨੇ ਕੀ ਜਵਾਬ ਮਿਲਿਆ? ਕੋਈ ਨਾ ਜਵਾਬ ਨਹੀਂ ਕੋਈ ਦਿੱਤਾ। ਤੇ ਜਦੋਂ ਰਾਤ ਘਟਨਾ ਹੁੰਦੀ ਹੈ ਤੁਹਾਨੂੰ ਕਿਦਾਂ ਪਤਾ ਲੱਗਦਾ? ਹਾਂਜੀ, ਸਾਨੂੰ ਮਾਤਾ ਦੇ ਜਦੋਂ ਖੜਕਾ ਧੜਕਾ ਆਇਆ ਤੇ ਮਾਤਾ ਡਿੱਗੀ ਆ, ਤੇ ਫਿਰ ਅਸੀਂ ਮੁੜ ਕੇ ਬਾਹਰ ਨਿਕਲੇ ਤੇ ਫਿਰ ਚੋਰ ਨਿਕਲ ਗਿਆ। ਮਾਤਾ ਬੰਨਿਆ ਸੀਗਾ? ਮਾਤਾ ਨੂੰ ਬੱਧਾ ਹੈ, ਮਾਤਾ ਦੀ ਬਾਹਾਂ ਖੋਲੀਆਂ, ਲੱਤਾਂ ਹੀ ਖੋਲੀਆਂ ਆਣ ਕੇ। ਅੱਛਾ, ਫਿਰ ਤੁਸੀਂ ਖੋਲੇ ਆਣ ਕੇ? ਹਾਂਜੀ। ਕਿੰਨੀ ਕੁ ਜਿਹੜਾ ਨੁਕਸਾਨ ਆ ਹੋਇਆ? ਹਾਂਜੀ, ਸਾਡਾ ਆਪਣਾ ਆਪਣਾ ਹੋ ਗਿਆ 1.5 ਲੱਖ ਦਾ ਨੁਕਸਾਨ ਹੋ ਗਿਆ। ਮਾਤਾ ਦੀਆਂ ਵਾਲੀਆਂ ਕਿੰਨੇ ਗ੍ਰਾਮ ਦੀਆਂ ਸੀ? ਆਵਾ ਆਪਣਾ 1 ਤੋਲੇ ਦੀਆਂ ਵਾਲੀਆਂ। ਤੇ ਨਗਦੀ ਕਿੰਨੀ ਸੀ? ਨਗਦੀ 50,000 ਸੀ। 100 ਸਾਲ ਦੇ ਬਜ਼ੁਰਗ ਲੋਕੀ ਮੱਥਾ ਟੇਕ ਕੇ ਕਿਸੇ ਕੰਮ ਨੂੰ ਤੁਰਦੇ ਆ ਵੀ ਸਾਡਾ ਜਾਂਦਾ ਕੰਮ 100 ਜੂ ਸੀਸ ਦੇਊਗੀ। ਇਹ ਸਾਡੀ ਮਾਤਾ ਰਾਤੀ ਕਿਤੇ ਰੱਬੀ ਬਜੀ ਆ, ਨਹੀਂ ਤੇ ਕੋਈ ਬਜਣ ਵਾਲੇ ਚਾਂਸ ਨਹੀਂ। ਤੇ ਅਸੀਂ ਇਹੋ ਹੀ ਜਾਂਦੇ ਆ। ਕੀ ਵਾਕਿਆ ਕੀ ਹੋਇਆ? ਵਾਕਿਆ ਹੋਇਆ ਜੀ, ਇਹ ਰਾਤ ਮਾਤਾ ਦੇ ਕੰਨੀ ਵਾਲੀਆਂ ਸੀ, ਉਹ ਰਾਹੀਆਂ 50,000 ਰੁਪਇਆ ਕਿਤੇ। ਇਹ ਕੈਸ਼ੀਅਰ ਮਾਤਾ ਹੀ ਇਹਨਾਂ ਦੀ ਪਰਿਵਾਰ ਦੀ, ਅਜੇ ਤੱਕ 100 ਸਾਲ ਦੀ ਮਾਤਾ ਹੈ, ਉਹ ਤਾਂ ਕੈਸ਼ ਇਹਨਾਂ ਕੋਲ ਹੀ ਹੁੰਦਾ ਵਾ। ਇਹਨਾਂ ਤੋਂ ਲੈ ਕੇ ਤੁਰਨਾ ਤੇ ਇਹਨਾਂ ਨੂੰ ਲੈ ਕੇ ਵਾਪਸ ਦਿੰਦੇ ਜਿੰਨਾ ਵਧਿਆ ਹੋਵੇ। ਉਹ ਵੀ ਰੁਪਇਆ 50,000 ਉਹ ਵੀ ਕੱਢ ਕੇ ਲੈ ਗਏ ਆ, ਤੇ ਵਾਲੀਆਂ ਵੀ ਲਾ ਕੇ ਲੈ ਗਏ ਆ। ਤੇ ਬਹੁਤ ਜ਼ਿਆਦਾ ਘਟੀਆ ਗੱਲ ਆ, ਇਹ ਚੰਗੀ ਗੱਲ ਨਹੀਂ ਗੀ। ਮੈਂ ਸਰਕਾਰਾਂ ਨੂੰ ਵੀ ਆਹਨਾ ਹੈ ਵੀ ਨਾਕਾਮੀ ਆ। ਦਰਖਾਸਤ ਥਾਣੇ ਦਿੱਤੀ ਆ ਜੀ, ਅਸੀਂ 12 ਵੀ ਦਰਖਾਸਤ ਦੇ ਗਏ ਆ। ਕੋਈ ਅਜੇ ਮੌਕਾ ਦੇਖਣ ਦੇ ਪਹੁੰਚਿਆ ਨਹੀਂ। ਅਸੀਂ ਤਾਂ ਇਹੋ ਮੰਗ ਕਰਦੇ ਆ ਵੀ ਜੇ ਇਹੋ ਜਿਹੀਆਂ ਪ੍ਰਸ਼ਾਸਨ ਇੱਦਾਂ ਹੀ ਰਿਹਾ ਤਾਂ ਫਿਰ ਬਾਕੀ ਇੰਤਜ਼ਾਮ ਦੇਣਗੇ, ਵੱਧ ਤੋਂ ਵੱਧ ਦੇਣਗੇ ਲੋਕ। ਜਦੋਂ ਸਵੇਰ ਦਾ ਸਾਡਾ ਏਡਾ ਵੱਡਾ ਤਗੜਾ ਵਾਕਾ ਹੋਇਆ ਵਾ, ਭਲ ਕੇ ਹੋਰ ਵੀ ਜੀ ਬੰਦੀ ਬਣਾ ਕੇ ਲੁੱਟ ਕੇ ਘਰੋਂ ਲੈ ਜਾ ਕਰਨਗੇ। ਇਹ ਨਾ ਤਾਂ 112 ਦੇ ਫੋਨ ਚੁੱਕਿਆ ਵਾ, ਨਾ 100 ਨੰਬਰ ਤੇ ਚੁੱਕਿਆ ਵਾ। ਇਹ ਦਾਅਵੇ ਕੀਤੇ ਜਾਂਦੇ ਆ, ਜਿੱਥੇ 112 ਦੇ ਕਾਲ ਕਰੋਗੇ 15 ਮਿੰਟਾਂ 'ਚ ਤੁਹਾਡੇ ਕੋਲ ਗੱਡੀ ਪਹੁੰਚੂਗੀ। ਸਾਡੇ ਕੋਲ ਤਾਂ ਅੱਜ 22 ਘੰਟੇ ਹੋ ਗਿਆ, ਸਾਡੇ ਕੋਲ ਤਾਂ ਪਹੁੰਚਣ ਦੀ ਕਿਸੇ ਦੀ ਹਿੰਮਤੀ ਨਹੀਂ ਪਈ ਵੀ ਸਾਡੇ ਕੋਲ ਕਲਸੀਆਂ ਪੁੱਛੀਏ, ਜਾ ਕੇ ਪੁੱਛ ਲਏ ਵੀ ਤੁਹਾਡੇ ਕੋਲ ਕੀ ਵਾਕਾ ਹੋਇਆ। ਜੇ ਰਿਪੋਰਟ ਦਿੱਤੀ ਹੈ ਤਾਂ ਵੀ ਕੋਈ ਸਾਨੂੰ ਉਹਦਾ ਅਜੇ ਤੱਕ ਕੋਈ ਅਧਿਕਾਰੀ ਨਹੀਂ ਸਾਡੇ ਕੋਲ ਪਹੁੰਚਿਆ ਵੀ ਤੁਹਾਨੂੰ ਕੀ ਗੱਲ ਹੋਈ ਹੈ ਕੀ ਨਹੀਂ। ਜੀ ਜਗਤਾਰ ਸਿੰਘ, ਸਨ ਆਫ ਦਲੀਪ ਸਿੰਘ, ਕਲਸੀਆਂ ਕਲਾ ਵੱਲੋਂ ਸਾਨੂੰ ਇੱਕ ਦਰਖਾਸਤ ਜਿਹੜੀ ਵਸੂਲ ਹੋਈ ਹੈ। ਬੀਤੀ ਰਾਤ ਘਰ ਦੇ ਵਿੱਚ ਮੌਜੂਦ ਸੀ ਅਤੇ ਉਹਨਾਂ ਦੀ ਮਾਤਾ ਬਜ਼ੁਰਗ, ਉਮਰ ਕਰੀਬ 100 ਸਾਲ, ਜੋ ਬਾਹਰ ਵਿਹੜੇ 'ਚ ਮੰਜੇ 'ਤੇ ਸੁੱਤੇ ਸੀ, ਜੋ ਅਣਪਛਾਤੇ 2 ਵਿਅਕਤੀ ਆ ਕੇ ਮਾਤਾ ਦੇ ਕੰਨਾਂ 'ਚੋਂ ਜਿਹੜੀਆਂ 1.5 ਤੋਲੇ ਦੀਆਂ ਵਾਲੀਆਂ ਉਤਾਰ ਕੇ ਲੈ ਗਏ ਹੈ। ਅਤੇ ਮਾਤਾ ਦੇ ਮੰਜੇ ਦੇ ਨਾਲ ਹੀ ਝੋਲੇ 'ਚ ਉਹਨਾਂ ਦੇ ਦੱਸਣ ਮੁਤਾਬਕ 50,000 ਦੀ ਨਗਦੀ ਸੀ, ਜੋ ਉਹ ਵੀ ਨਾਲ ਲੈ ਗਏ। ਤਫਤੀਸ਼ ਇਸ ਸੰਬੰਧ 'ਚ ਕੀਤੀ ਜਾ ਰਹੀ ਹੈ। ਮੌਕਾ ਸਰ ਦੇਖਿਆ ਗਿਆ? ਹਾਂਜੀ, ਮੌਕੇ 'ਤੇ ਜਾ ਕੇ ਦੇਖਿਆ ਗਿਆ ਹੈ। ਉਹਨਾਂ ਦੇ ਘਰ ਦੇ ਸਾਈਡ 'ਤੇ ਇੱਕ ਖੇਤਾਂ ਵੱਲ ਨੂੰ ਛੋਟਾ ਦਰਵਾਜ਼ਾ ਜਿਹਦਾ ਅੰਦਰੋਂ ਅਰਲ ਨਹੀਂ ਹੈਗਾ, ਅਤੇ ਉਸ ਰਸਤੇ ਥਣੀ ਉਹਨਾਂ ਨੇ ਦੱਸਿਆ ਕਿ ਜਿਹੜੇ ਆ ਚੋਰ ਜਿਹੜੇ ਸਾਡੇ ਘਰ 'ਚ ਇਸ ਰਸਤੇ ਥਣੀ ਦਾਖਲ ਹੋਏ ਆ, ਜੋ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕੀਤਾ ਜਾ ਰਿਹਾ ਜੀ? ਮਾਮਲਾ ਦਰਜ ਕਰਕੇ ਤਸਦੀਕ ਕੀਤੀ ਜਾ ਰਹੀ ਹੈ ਜੀ।